पाक बीबी दी शान बयान की है। अहले सुन्नत दी महफल आई, अहले सुन्नत भाई ने पाक बीबी दी शान च फजीलत च एक मनकवत पढ़ी है। ते मेरा घर है, मेरा दिल है, मैं जनाब दे सामने गोश गुजार करा जी। तबीयत है जी सैयदा तेरे पुत्रां दे मलक जी, सैयदा तेरे पुत्रां दे एहसान बतेरे ने, सैयदा तेरे पुत्रां दे बिस्मिल्लाह करा, बिस्मिल्लाह कर, मेहरबानी मेहरबानी भाई जी, बिस्मिल्लाह करा। सैयदा तेरे पुत्रां अदील अब्बास आ जाओ, पढ़िया मर्जी नाल बानी मजलस उतो सी, मौली साहब तुसी भी आ जाओ अगे पढ़ने वाले थोड़े हैं जो पिछले का इंतजार पे कर दो। उच्ची सलवात अच्छा, सैयदा तेरे पुत्रां एहसान बतेरे ने, सैयदा तेरे पुत्रां मेरा वतन है, मेरा इलाका है भट्टी साहब पीर अली रजा जी, मैं पीर मोहसर शाह जी जी इत्थे बतेरे का तर्जमा करना है ना गोंदल साहब, वत कमाई हो गई बतेरे ने ढेर सारे ने। सैयदा तेरे पुत्रां एहसान बतेरे ने, सैयदा तेरे पुत्रां जेड़े चुप कोई मने या ना मने एहसान बीबी दियां पुत्रां दे ही ने। सैयदा तेरे पुत्रां एहसान बतेरे ने, इस्लामत जो की शाबाश शाबाश सदके जावा। बिस्मिल्लाह कर, बिस्मिल्लाह सही, इस्लाम ते जो कीत ओह दान बतेरे ने, सैयदा तेरे पुत्रां अहले सुन्नत दी महफिल। बार बार लफ्ज़ अहले सुन्नत पे इस्तेमाल करना, नाराज ना हो जावे कमरा, जो फैसला हो गया तो मैं शेर पढ़ अच्छा अच्छा जिक्र ही चंगा, तुसी सुन दे ना चंगा पे सदके जावा। अहले सुन्नत या शिया मसलक जेड़ा भी होवे ना, असी दहलीज एक ही है जिस दे नौकरा, सदा वक्री वक्री हो सकती। बिस्मिल्लाह करा महफल अहले सुन्नत दी, मलक जी अपनी हद च रह के ने अहले सुन्नत भाई ने रसूल दे पुत्रां दी बाबा जी बेहद तारीफ की, हद भी वेखनी तारीफ भी वेखनी, दिसदा नहीं दुनिया ते हसने हथ किसी कमीने दे मोहताज ना हो, हसने ने दिया मैनू उन साहेब किरदार ते इंसान बतेरे। बिस्मिल्लाह कर मेहरबानी, बिस्मिल्लाह करा, बिस्मिल्लाह करा, उन साहेब किरदार इंसान चुप कर गए, मैं बिस्मिल्लाह करा जी करी ऐसे। सैयदा तेरे पुत्रां एहसान बतेरे ने, इस्लाम ते जो कीत
ਉਹ ਦਾਨ ਬਤੇਰੇ ਦਾ ਲੁਤਫ ਲੈਣਾ। ਸ਼ਹਿਰ ਦਾ ਕਮਾਲ ਹੀ ਹੁੰਦੇ ਅਤਾ ਮਾਲਕ ਹੀ ਕਰਦਾ ਵਾਹਦਾ ਉਲਾ ਸ਼ਰੀਕ ਮੁਹੰਮਦ ਵਾਲੇ ਮੁਹੰਮਦ ਦਾ ਸਦਕਾ। ਕਮਾਲ ਹੀ ਹੁੰਦਾ ਵੀ ਪਹਿਲੇ ਸ਼ੇਰ ਨਾਲੋਂ ਦੂਜਾ ਸ਼ੇਰ ਵਜ਼ਨੀ ਹੋ। ਪਹਿਲੇ ਸ਼ੇਰ ਤੇ ਦਾਦ ਹੋ ਗਈ ਦੁਆ ਹੋ ਗਈ ਆਇਆ ਏ ਖੁਦਾ ਦੇ ਘਰਾਨੇ ਵਿੱਚ ਕੁਰਾਨ ਬਤੇਰੇ ਮਰਜ਼ੀ ਵਾਲਾ ਬੰਦਾ ਜਿਹੜਾ ਹੱਥ ਨਹੀਂ ਹਿਲਾ ਸਕਿਆ ਬਿਸਮਿਲ੍ਲਾ ਕਰਾਂ ਕਿਆ ਬਾਤ ਹੈ ਬਈ ਤੁਹਾਡੇ ਸੁਣਨ ਦੀ ਕਿਆ ਬਾਤ ਬਿਸਮਿਲ੍ਲਾ ਕਰਾਂ ਅੱਛਾ ਜੀ ਮੇਰੀ ਨੌਕਰੀ ਬਿਸਮਿਲ੍ਲਾ ਕਰਾਂ ਬਾਜੀ ਇਹ ਸਾਰਾ ਕਮਾਲ ਤੁਹਾਡਾ ਹੈ ਮਜਮਾ ਚੰਗਾ ਮਯਾਰ ਚੰਗਾ ਸਾਊਂਡ ਚੰਗਾ ਜ਼ਿਕਰ ਕਾਇਨਾਤ ਨਾਲ ਚੰਗਾ ਸਾਰਿਆਂ ਦਾ ਦਿਲ ਨੇ ਮੈਂ ਬਾਤ ਆਖੂ ਆਇਆ ਏ ਖੁਦਾ ਮਿਹਰਬਾਨੀ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਹੈਦਰੀ ਮੈਂ ਬਿਸਮਿਲ੍ਲਾ ਕਰਾਂ ਸਹੀ ਨੌਕਰ ਸਾਈਂ ਮੈਂ ਨੌਕਰ ਸਾਦਾਤ ਸਹੀ ਜੀ ਬਾਬੂ ਜੀ ਮੈਂ ਨੌਕਰ ਬਾਬੂ ਜੀ ਸਾਦਾਤ ਦੇ ਇੱਜ਼ਤ ਪਰਦੇ ਸਲਾਮਤ ਹੋਣ ਆਇਆ ਏ ਖੁਦਾ ਘਰਾਨੇ ਵਿੱਚ ਕੁਰਾਨ ਬਤੇਰੇ ਕਿਆ ਬਾਤ ਹੈ ਬਾਈ ਕਿਆ ਬਾਤ ਤੁਹਾਡੀਆਂ ਜ਼ਿੰਦਗੀਆਂ ਵਣ ਸ਼ੇਰ ਦੋ ਰਹਿ ਗਏ ਤਾਂ ਪੜ੍ਹਨਾ ਮੈਂ ਇੱਕ ਹੀ ਬਾਬਾ ਜੀ ਦਾਨ ਬਤੇਰੇ ਨੇ ਬਿਸਮਿਲ੍ਲਾ ਸਹੀ ਬਿਸਮਿਲ੍ਲਾ ਸਾਡੇ ਮਹਿਮਾਨ ਬਿਸਮਿਲ੍ਲਾ ਦਾਨ ਬਤੇਰੇ ਨੇ ਅਹਿਸਾਨ ਇਨਸਾਨ ਲਫਜ਼ ਬਤੇਰੇ ਤੁਸੀਂ ਯਾਦ ਰਵੇ ਪਿਛਲੇ ਵੀ ਕੁਰਾਨ ਬਤੇਰੇ ਨੇ ਸ਼ਾਜੀ ਹੱਦ ਕੀਤੀ ਹੈ ਇੱਕ ਲਫਜ਼ ਹੈ ਘੁਲਣਾ ਸਾਡੀ ਜ਼ੁਬਾਨ ਦਾ ਜ਼ਖਮ ਦਾ ਘੁਲਣਾ ਜ਼ਖਮ ਠੀਕ ਹੋਣਾ ਇਹਨਾਂ ਦਿਨ ਘੁਲਣਾ ਇੰਝੇ ਨਾ ਜ਼ਖਮ ਠੀਕ ਆਦੇ ਜ਼ਖਮ ਘੁਲ ਗਿਆ ਠੀਕ ਹੋ ਗਿਆ ਤਾਬਸ਼ ਦੀ ਅਮਰ ਸਲਾਮ ਇਹਨਾਂ ਹੱਥਾਂ ਨੂੰ ਸਲਾਮ ਹੈ ਨਸਲਾਂ ਦੀ ਖੈਰ ਹੋਵੇ ਆਹਾ ਚਲੋ ਜੀ ਹੈ ਦਰੀ ਗੁਲਣਾ ਏ ਤੇਰੇ ਦਰ ਲੁਕਮਾਨ ਬਾਜੀ ਮੈਂ ਆਖ ਤੇ ਬੈਠਾ ਲੇਕਿਨ ਦਿਲ ਕਰ ਪਿਆ ਅਗਲਾ ਸ਼ੇਰ ਵੀ ਪੜਾ ਇਜਾਜ਼ਤ ਹੈ ਨਾ ਸਾਦਾ ਮੁਸਾਹਿਬ ਦੀ ਸ਼ਕਲ 'ਚ ਨਹੀਂ ਫਜ਼ਾਇਲ ਦੀ ਸ਼ਕਲ 'ਚ ਜੇ ਇਹਨੇ 'ਚ ਰੱਖਣਾ ਵੀ ਗੱਲ ਐਲੇ ਸੁਨਤ ਦੀ ਮਹਿਫਲ 'ਚੋਂ ਐਲੇ ਸੁਨਤ ਪਿਆ ਕਰਦਾ ਰਦੀਫ ਕਾਫੀਆ ਤੁਹਾਡੇ ਸਾਹਮਣੇ ਨੇ ਅਕਬਰ ਦੀ ਅਜਾ
ਦੇ ਮਸੀਦਾ ਵਿੱਚ ਆਜ਼ਾਨ ਬਥੇਰੇ ਤੁਹਾਡੀ ਕੀ ਬਾਤ ਤੁਹਾਡੇ ਸੁਣਨ ਦੀ ਕੀ ਬਾਤ ਮਾਲਕ ਮੇਰੇ ਬਿਰਾਵਾਂ ਦੀ ਫੂੜੀ ਵਿਛਾਈ ਕਬੂਲ ਫਰਮਾਏ ਬਿਰਾਵਾਂ ਦੇ ਜੋੜ ਸਲਾਮਤ ਹੋ ਸ਼ੋਭਾ ਦੇ ਪਾਕਿਸਤਾਨ ਮਲਕ ਜ਼ਾਕ ਕਰੀਮ ਮਲਕ ਸਾਜਦ ਹੁਸੈਨ ਸਾਜਦ ਦਰਜਾਤ ਬੁਲੰਦ ਹੋ ਔਰ ਜਿਹੜੇ ਹਾਜ਼ਰ ਬੈਠੇ ਹੋ ਮੌਲਾ ਤੁਹਾਡੇ ਮਰਹੂਮੀਨ ਦੇ ਵੀ ਦਰਜਾਤ ਬੁਲੰਦ ਫਰਮਾਏ ਕਸੀਦਾ ਇੱਕ ਹੋਰ ਪੜ੍ਹ ਲਵੇ ਜੀ ਚੰਗੀ ਭਲੀ ਚੁੱਪ ਕਰ ਗਏ ਹਾਂ ਫਿਰ ਇਮਤਿਆਜ਼ ਸ਼ਾਹ ਜੀ ਮਲਕ ਸਿਹਤ ਅਤਾ ਫਰਮਾਏ ਤੁਹਾਡੀਆਂ ਦੁਆਵਾਂ ਦਾ ਅਸਰ ਅੱਛਾ ਵਧੀਆ ਪੜਸਨ ਜ਼ਿਕਰ ਹੈ ਵਧੀਆ ਜੀ ਵੇਖਿਆ ਜਿਹੜੇ ਚੁੱਪ ਤੁਹਾਡੇ ਵੱਲੋਂ ਨਹੀਂ ਕਸੀਦਾ ਮੈਂ ਸ਼ੁਰੂ ਕਰਨੇ ਵੇਖਿਆ ਵਾਤਾ ਦਾ ਆਓ ਜੀ ਵੇਖਿਆ ਬਖਤ ਜਗੈਂਦਾ ਸਿਰਫ ਅਲੀ ਨਾ